ਯਾਰ ਸਾਡਾ ਝੋਨਾ ਫਟਾਰਾ ਤਾਂ ਠੀਕਰੀ ਜਾਂਦਾ ਪਰ ਵਿਚ ਵਿਚਨਾ ਕਿਤੇ ਕਿਤੇ ਤੀਲਾ ਤੀਲਾ ਜਾ ਖੜਾਗਾ ਅਸੀਂ ਯੂਰੀਆ ਵੀ ਵਧੀਆ ਪਾਈ ਆ ਆਏ ਵਾਰ ਘੱਟਾ ਖੋਲ ਦਿੰਨੇ ਆ ਬਸ ਟੀਤਰੇ ਜਾਂਨੇ ਹੈਗੀ ਦੋਸਤੋ ਮੈਂ ਨਾ ਦਾਵੀ ਨਾ ਕਹਿ ਸਕਦਾ ਕਿ ਆਪਣੇ ਨਾ 70% ਕਿਸਾਨ ਵੀਰਾਂ ਨੂੰ ਯੂਰੀਆ ਕਿਵੇਂ ਪਉਣੀ ਹੈ ਇਸੇ ਵਾਰ ਹੀ ਨਹੀਂ ਪਤਾ ਤਾਂ ਕਰਕੇ ਤਾਂ ਆਪਣਾ ਝੋਨਾ ਹਰ ਸਾਲ ਝਾੜ ਘਟਦੇ ਰਿਹਾ ਆਪਾਂ ਦੇਖ ਰਹੇ ਹਾਂ ਨਾ ਵੀ ਹੁਣ ਪਿਛਲੇ 2-3 ਸਾਲਾਂ ਤੋਂ ਝੋਨੇ ਦਾ ਝਾੜ ਘਟਦੇ ਜਾ ਰਿਹਾ ਉਸ ਦਾ ਇੱਕ ਵੱਡਾ ਕਾਰਨ ਜ਼ੂਰੀਆ ਵੀ ਆ ਉਹ ਕਿਵੇਂ ਆਉ ਜਾਂਦੀਆਂ ਜਿਹੜੇ ਕਿਸਾਨ ਵੀਰ ਨਵੇਂ ਆ ਜਾਂ ਜਿਨ੍ਹਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਲਾਲ ਬਟਨ ਦਬਕੀਏ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਹੁਣ ਦੋਸਤੋ ਆਪਣੇ ਕਿਸਾਨ ਵੀਰ ਪਤਾ ਕੀ ਕਰਦੇ ਆ ਜਾਂ ਤਾਂ ਨਾ ਫੁੱਲ ਪਾਣੀ ਨਾ ਭਰ ਪਿਓ ਝੋਨਾ ਖਿਲਾ ਦੇਣਗੇ ਤੇ ਉੱਪਰੋਂ ਪਾਉਣਗੇ ਜੂਰੀਆ ਜੂਰੀਆ ਹੀ ਫਿਰ ਗੱਟੇ ਖੋਲਦੇ ਆ ਕਹਿੰਦੇ ਜਾਂ ਦੇ ਗੱਟਾ ਐ ਇਹਨੇ ਯਾਰ ਕੰਮ ਜਾਂ ਨਹੀਂ ਕੀਤਾ ਲੱਗਦਾ ਹਨਾ ਪੰਜ ਸੱਤ ਦਿਨ ਹੋ ਗਏ ਇੱਕ ਗੱਟਾ ਹੋਰ ਜਾਂਦੇ ਯਾਰ ਫੇਰ ਆਊਗਾ ਨਿਆਰਾ ਫੇਰ ਦੋਸਤੋ ਜਾਂ ਕੀ ਕਰਨੇ ਕਿਸਾਨ ਵੀਰ ਸ਼ਾਮ ਨੂੰ ਪਾਉਣਗੇ ਜੂਰੀਆ ਪਰ ਵਿੱਚ ਖੜਾ ਹੋਊਗਾ ਪਾਣੀ ਐ ਪੂਰਾ ਤੱਪਿਆ ਉਹਦੇ ਉੱਪਰ ਪਾ ਦੇਣਗੇ ਜਾਂ ਫਿਰ ਆਪਣੇ ਕਿਸਾਨ ਵੀਰ ਪਤਾ ਕੀ ਕਰਦੇ ਆ ਸਵੇਰ ਜੂਰੀਆ ਪਾਉਣਗੇ ਪਾ ਕੇ ਤੇ ਨਾਲ ਨਾਲ ਛੱਡ ਦਿੰਦੇ ਆ ਮੋਟਰ ਪੂਰਾ ਪਾਣੀ ਨਾ ਭਰ ਦਿੰਦੇ ਆ ਕਹਿੰਦੇ ਯਾਰ ਜੇਕਰ ਅਸੀਂ ਪਾਣੀ ਨਾਲ ਨਾ ਭਰਗੇ ਜਾਂ ਪਾਣੀ ਦੇ ਵਿੱਚ ਜੂਰੀਆ ਨਾ ਪਾਗੇ ਸਾਡਾ ਤਾਂ ਝੋਨਾ ਹੀ ਮਾਹੀ ਜਾਂਦਾ ਹੁਣ ਝੋਨਾ ਤਾਂ ਮੱchnਾ ਹੀ ਆ ਆਪਾਂ ਜੂਰੀਆ ਪਾਉਂਦੇ ਥੋੜੀ ਆਪਾਂ ਖਾਦ ਜੋ ਥੋੜੀ ਵਰਦਿਆਂ ਨੂੰ ਆਪਾਂ ਦਾ ਸੜਦੇ ਆਂ ਬੁੱਕਟਾ ਕੋਲੇ ਆ ਪਾਤਾ ਗੱਟਾ ਕੋਲੇ ਆ ਸੜਤਾ ਪਤਾ ਆਪਾਂ ਦਾ ਸੁੱਟਦੇ ਆ ਆਪਾਂ ਯੂਰੀਆ ਪਾਉਂਦੇ ਨਹੀਂ ਹੁਣ ਯੂਰੀਆ ਦਾ ਸਹੀ ਤਰੀਕਾ ਪਤਾ ਕੀ ਹੈ ਆਪਣੇ ਕਿਸਾਨ ਵੀ 45 50 ਕਿਲੋ ਘਟ ਯੂਰੀਆ ਪਾਉਂਦੇ ਨੇ ਪਰ ਅਸਲ ਦੇ ਵਿੱਚ ਆਪਣੀ ਫਸਲ ਨੂੰ ਤਾਂ 30 35 ਕਿਲੋ ਯੂਰੀਆ ਹੀ ਲੱਗਦੀ ਆ ਬਾਕੀ 15 20 ਕਿਲੋ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੱਥੇ ਜਾਂਦੀ ਆ ਹੁਣ ਜਦੋਂ ਆਪਣੀ ਫਸਲ ਲੱਗਦੀ 30 35 ਕਿਲੋ ਤਾਂ ਆਪਾਂ ਫालतੂ ਦੀ ਐਕਸਟਰਾ ਕਿਉਂ ਪਾਉਨੇ ਆ ਬਾਕੀ ਦੋਸਤੋ ਯੂਰੀਆ ਪਾਉਂਦਾ ਸਹੀ ਸਮਾਂ ਤੇ ਸਹੀ ਤਰੀਕੇਪ ਤਾ ਕੀਆ ਤਾਂ ਕਿ ਆਪਾਂ ਜਿੰਨੀ ਯੂਰੀਆ ਪਾਈ ਆ ਸਾਰੀ ਦੀ ਸਾਰੀ ਆਪਣੀ ਫਸਲ ਨੂੰ ਲੱਗੇ ਤਾਂ ਆਪਣੀ ਫਸਲ ਨਾਲ ਨਾਲ ਕਾਲੀ ਸ਼ਾਹ ਵੀ ਹੋ ਜੂਗੀ ਫਟਾਰਾ ਵੀ ਕਰੂਗੀ ਤੇ ਦੇਖਣ ਚ ਵੀ ਪਤਾ ਲੱਗੂਗਾ ਹਾਂ ਪਾਇਤਾ ਪਰ ਪੱਤੀਤੀ ਕੋਲ ਸੀ ਪਰ ਰਿਜ਼ਲਟ ਆਪ ਨੂੰ ਕੱਟੇ ਤੋਂ ਵੀ ਜ਼ਿਆਦਾ ਮਿਲ ਗਿਆ ਉਹ ਤਰੀਕਾ ਕਿਵੇਂ ਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਸ਼ਾਮ ਦਾ ਵੇਲਾ ਤੇ ਪਾਣੀ ਤੇ ਤੁਸੀਂ ਦੇਖ ਹੀ ਲਿਆ ਕਿ ਆਪਣੇ ਖੇਤਾਂ ਦੇ ਵਿੱਚ ਕਿੰਨਾ ਕਖੜਾ ਇਸ ਤੋਂ ਘੱਟ ਵੀ ਕਰ ਸਕਦੇ ਹੋ ਜਮਾ ਸੁੱਕੇ ਖੇਤ ਦੇ ਵਿੱਚ ਯੂਰੀਆ ਹੀ ਪਾਸ ਆਓ ਜੇਕਰ ਮਾਰਾ ਮੋਟਾ ਖੜਾਗਾ ਤਾਂ ਕੋਈ ਚੱਕਰ ਆਈ ਗੱਲ ਨਹੀਂ ਪਰ ਐਂ ਪੂਰਾ ਭਰ ਕੇ ਜਾਂ ਤਪੇ ਹੋਏ ਪਾਣੀ ਦੇ ਵਿੱਚ ਯੂਰੀਆ ਆਪਾਂ ਨਹੀਂ ਪਾਉਣੀ ਤੇ ਯੂਰੀਆ ਦੋਸਤੋ ਆਪਾਂ ਕਿੰਨੀ ਪਾਉਣੀ ਹੈ ਮੈਂ ਤਾਂ 25 ਤੋਂ 30 ਕਿਲੋ ਪਾਉਣਾ ਮਿਰਤੂ ਮਿਰਤੂ ਤਾਂ ਇਸ ਤੋਂ ਵੱਧ ਪੈਂਦੀ ਨਹੀਂ ਤੁਸੀਂ 30 35 ਕਿਲੋ 35 ਤੋਂ ਮੜਾ-ਮੜਾ ਆਪਣਾ ਨੂੰ ਪਤਾ ਹੱਥਾ ਬੜਾ ਜ਼ਿਆਦਾ ਹੀ ਹੁੰਦਾ ਵੱਧ ਵੀ ਪਾ ਸਕਦੇ ਹਾਂ ਪਰ ਪਾਉਣੀ ਆ ਆਪਾਂ ਬਿਲਕੁਲ ਸੁੱਕੇ ਖੇਤ ਦੇ ਵਿੱਚ ਕਿਉਂਕਿ ਦੋਸਤੋ ਅਜੀਹਾ ਕਰਨਲ ساری ਰਾਤ ਉੱਪਰ ਦੀ ਟੱਪ ਜਾਂਦੀ ਹੈ ਤੇ ਸੁਬਾ ਆਪਾਂ ਪਾਣੀ ਲਗਾ ਸਕਦੇ ਹਾਂ ਜੇਕਰ ਸੁਬਾ ਪਰ ਤੋਂ ਪਾਣੀ ਨਹੀਂ ਲੱਗਦਾ ਜੇ ਇੱਕਦਾਂ ਲੇਟ ਵੀ ਹੋ ਜਾਂਦਾ ਤਾਂ ਵੀ ਕੋਈ ਚੱਕਰ ਆਏ ਗੱਲ ਨਹੀਂ ਯੂਰੀਆ ਦਾ ਆਪਾਂ ਨੂੰ 100 ਦੇ ਵਿੱਚੋਂ 110% ਰਿਜ਼ਲਟ ਮਿਲੂਗਾ ਇਹ ਹੁੰਦਾ ਸਹੀ ਤਰੀਕਾ ਕਿ ਆਪਣੇ ਯੂਰੀਆ ਵੇਸਟ ਵੀ ਨਹੀਂ ਗਈ ਯੂਰੀਆ ਆਪਾਂ ਪਾਈ ਵੀ ਘੱਟ ਤੇ ਰਿਜ਼ਲਟ ਆਪ ਨੂੰ ਇਹੋ ਜਿਹਾ ਮਿਲਿਆ ਕਿ ਆਪਣੀਆਂ ਅੱਖਾਂ ਵੀ ਠੰਡੀਆਂ ਹੋ ਗਈਆਂ ਹੁਣ ਜਿਹੜੇ ਕਿਸਾਨ ਵੀਰ ਕਹਿੰਦੇ ਯਾਰ ਅਸੀਂ ਸੁੱਕਾ ਯੂਰੀਆ ਪਾ ਕੇ ਦੇਖੀਏ ਸਾਡਾ ਝੋਨੇ ਮੱਚ ਜਾਂਦਾ ਤਾਂ ਉਹ ਕਿਰਪਾ ਕਰਕੇ ਯੂਰੀਆ ਸੁੱਟਣ ਨਾ ਉਹ ਯੂਰੀਆ ਪਾਉਣ ਉਹਨੂੰ ਖਾਦ ਸਮਝਣ ਅਪਾ ਤਾਂ ਗੱਟੇ ਖੋਲਣੇ ਆ ਤਾਂ ਇਹ ਆਦਤ ਛੱਡ ਦਿਓ ਜੇਕਰ ਆਪਣਾ ਯੂਰੀਆ ਫਾਇਦਾ ਕਰਦੀ ਹੈ ਝੋਨੇ ਦਾ ਫਟਾਰਾ ਕਰਾਉਂਦੀ ਹੈ ਨਾ ਜੇਕਰ ਆਪਾਂ ਲੋਡ ਤੋਂ ਵੱਧ ਪਾਵਾਂਗੇ ਐਵੇਂ ਸ਼ਿੱਟੀ ਜਾਵਾਂਗੇ ਤਾਂ ਆਪਣਾ ਨੁਕਸਾਨ ਵੀ ਸਭ ਤੋਂ ਜ਼ਿਆਦਾ ਯੂਰੀਆ ਹੀ ਕਰਦੀ ਆ ਸਾਰੀਆਂ ਬਿਮਾਰੀਆਂ ਦੀ ਮਾਂ ਯੂਰੀਆ ਜੇਕਰ ਆਪਾਂ ਲੋੜ ਤੋਂ ਵੱਧ ਦਿੰਨੀ ਹੈ। ਬਾਕੀ ਦੋਸਤੋ ਆਪਾਂ ਤਾਂ ਇੱਥੋਂ ਤੱਕ ਪਹੁੰਚ ਗਏ ਹਾਂ। ਜੇਕਰ ਮੈਂ ਆਪਦੇ ਏਰੀਆ ਦੀ ਗੱਲ ਕਰਨਾ ਮੇਰੇ ਏਰੀਆ ਵਿੱਚ ਹਾਈਬ੍ਰਿਡ ਝੋਨਾ ਸਾਰਿਆਂ ਨਾਲ ਵੱਧ ਲੱਗਿਆ। ਤੇ ਉਸ ਨੂੰ ਨਾ ਆਪਣੇ ਕਿਸਾਨ ਵੀ ਯੂਰੀਆ ਦੇਈ ਤਰੀਉਂਦੇ ਆ, ਸਿੱਟੀ ਤਰੀਉਂਦੇ ਆ। ਯੂਰੀਆ ਹਾਈਬ੍ਰਿਡ ਝੋਨੇ ਨੂੰ ਵੀ ਇੰਨੀ ਜਦੇ ਪਾ ਰਹੇ ਆ ਕਿ ਪੁੱਛੋ ਨਾ ਤੇ ਪਰਮਲ ਦਾ ਤਾਂ ਹਾਲ ਹੀ ਕੀ ਹੋਣਾ। ਇਸ ਲਈ ਦੋਸਤੋ ਹੁਣ ਹੀ ਸੰਭਲ ਜੋ ਆਪਾਂ ਚੰਗੇ ਰਹਾਂਗੇ। ਜ਼ਿਆਦਾ ਯੂਰੀਆ ਦੇ ਗੱਟੇ ਪਾਉਣ ਨਾਲ, ਜ਼ਿਆਦਾ ਯੂਰੀਆ ਦੇ ਗੱਟੇ ਸੁੱਟਣ ਨਾਲ ਕੋਈ ਝਾੜ ਵਿੱਚ ਵਾਧਾ ਨਹੀਂ ਹੁੰਦਾ। ਬਸ ਪਰਾ ਵਾਲੀ ਬੰਦਾ ਦੇਖਣ ਜੀ ਸੋਨਾ ਲੱਗਦਾ ਤੇ ਦੋਸਤੋ ਇਹ ਗੱਲ ਮੇਰੀ ਲੈ ਲਓ ਜੇਕਰ ਆਪਾਂ ਜਿੰਨੀ ਜਿਆਦਾ ਜੂਰੀਆ ਪਾਵਾਂਗੇ ਪੰਜ ਪੰਜ ਸੱਤਰ ਕੱਟੇ ਪਾਉਣ ਦੇ ਕਿਸਾਨ ਵੀਰ ਉਹਨਾਂ ਜਿਆਦਾ ਝਾੜਾ ਆਪਣਾ ਘਟੂਗਾ ਵਾਦ ਨਹੀਂ ਕਦੇ ਵੀ ਜਿਆਦਾ ਜੂਰੀਆ ਪਾਉਣ ਨਾਲ ਝਾੜ ਨਹੀਂ ਵਾਦਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ